ਤਾਂ ਹਾਂਜੀ ਮਿੱਤਰੋ ਕੀ ਹਾਲ ਚੱਲ ਲੋ ਜੀ ਆਪਾਂ ਲੈ ਕੇ ਚੁੱਕੇ ਇੱਕ ਹੋਰ ਨਵੀਂ ਵੀਡੀਓ ਅੱਜ ਜਿਹੜਾ ਆਪਾਂ ਚੈਨਲ ਤੇ ਵੀਡੀਓ ਪਾ ਰਹੇ ਆਂ ਬਈ ਆਪਣਾ ਚੈਨਲ ਹੈਗਾ ਬਿਲਕੁਲ ਨਵਾਂ ਚੈਨਲ ਤੇ ਆਪਣਾ ਪੁਰਾਣਾ ਚੈਨਲ ਹੈਗਾ ਗਿਲ ਵਾਈਟੀ ਤੇ ਆਪਣਾ ਚੈਨਲ ਜੀ ਮੋਡ 5 ਇਹਦੇ ਆਪਾਂ ਬਈ ਜੀਟੀਏ 5 ਜਾਂ ਪਬਜੀ ਮੋਬਾਈਲ ਤੇ ਜਾਂ ਵੀ ਆਪਾਂ ਟੈਕਨੀਕਲ ਵੀਡੀਓ ਥੋੜੀਆਂ-ਬਹੁਤੀਆਂ ਟਰਾਈ ਕਰਾਂਗੇ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਚੈਨਲ ਨੂੰ ਜਰੂਰ ਤੋਂ ਸਬਸਕ੍ਰਾਈਬ ਕਰ ਦਿਓ ਤੇ ਜੇ ਬਈ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਮਤਲਬ ਕੀ ਤਾਂ ਅੱਗੇ-ਅੱਗੇ ਸ਼ੇਅਰ ਕਰਿਓ ਤੇ ਵੀਡੀਓ ਨੂੰ ਕਰਿਓ ਲਾਈਕ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਤੁਸੀਂ ਟਰੈਕਟਰ ਦੇ ਬੰਪਰ ਤੇ ਟਰੈਕਟਰ ਦੇ ਸਪੀਕਰਾਂ ਤੇ ਮਤਲਬ ਕਿਵੇਂ ਐਡੀਟਿੰਗ ਕਰਕੇ ਆਪਦਾ ਨਾਮ ਵਗੈਰਾ ਜਾਂ ਕੁਝ ਵੀ ਕੁਝ ਲਿਖ ਸਕਦੇ ਹੋ ਤੇ ਦਿਖਾਉਣੀ ਆ ਤੁਹਾਨੂੰ ਆਪਾਂ ਵੀ ਤੁਸੀਂ ਕਿਵੇਂ-ਕਿਵੇਂ ਐਡ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਬਈ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਤੋਂ ਕਰ ਦਿਓ ਕਿਉਂਕਿ ਆਪਣਾ ਨਵਾਂ ਚੈਨਲ ਆ ਤੇ ਜਲਦੀ ਤੋਂ ਜਲਦੀ ਆਪਾਂ ਹਜ਼ਾਰ ਸਬਸਕ੍ਰਾਈਬਰ ਡਨ ਕਰਨੇ ਆ ਦੇ ਤਾਂ ਅੱਗੇ-ਅਗੇ ਸ਼ੇਅਰ ਕਰਦੇ ਰਹੋ ਤੇ ਏਦਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤਾਂ ਚਲੋ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਪਹਿਲਾਂ ਬਈ ਤੁਹਾਡੇ ਕੋਲ ਕੀ ਹੋਣਾ ਚਾਹੀਦਾ ਤੁਹਾਡੇ ਕੋਲ ਜੇ ਤੁਸੀਂ ਮੋਡ ਵਗੈਰਾ ਪਹਿਲਾਂ ਹੀ ਮਤਲਬ ਯੂਜ਼ ਕਰਦੇ ਆ ਮਤਲਬ ਤੁਹਾਨੂੰ ਪਤਾ ਵੀ ਮੋਡ ਵਗੈਰਾ ਕਿੱਦਾਂ ਇੰਸਟਾਲ ਹੁੰਦੇ ਆ ਤਾਂ ਤੁਸੀਂ ਸਾਰਾ ਕੁਝ ਕਰ ਰੱਖਿਆ ਤਾਂ ਉਦੋਂ ਅਗਲਾ ਸਟੈਪ ਹੈ ਜੇ ਤੁਹਾਨੂੰ ਬਈ ਨਹੀਂ ਪਤਾ ਵੀ ਤੁਸੀਂ ਮੋਡ ਵਗੈਰਾ ਕਿਵੇਂ ਇੰਸਟਾਲ ਕਰਨੇ ਆ ਤਾਂ ਆਪਣਾ ਜਿਹੜਾ ਦੂਜਾ ਚੈਨਲ ਹੈਗਾ ਗਿਲ ਵਾਈਟੀ ਉਹਦੀ ਪਲੇਲਿਸਟ 'ਚ ਆਪਣੀ ਵੀਡੀਓ ਪਈਆਂ ਤਾਂ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਤੁਹਾਡੇ ਮਤਲਬ ਆਸਾਨੀ ਵਾਸਤੇ ਤੁਹਾਨੂੰ ਬਈ ਨੀਚੇ ਡਿਸਕ੍ਰਿਪਸ਼ਨ 'ਚ ਆਪਾਂ ਚੈਨਲ ਉਹਦਾ ਮਤਲਬ ਵੀਡੀਓ ਦਾ ਲਿੰਕ ਦੇ ਦਾਂਗੇ ਤਾਂ ਤੁਸੀਂ ਉੱਥੇ ਜਾ ਕੇ ਵੀ ਕਲਿੱਕ ਕਰਕੇ ਦੇਖ ਸਕਦੇ ਹੋ ਤੁਸੀਂ ਮੋ ਇਹ ਹੁਣ ਉਹਦੋਂ ਅਗਲੇ ਸਟੈਪ ਹੈ ਜੇ ਤੁਸੀਂ ਚਾਹੁੰਦੇ ਆ ਵੀ ਆਪਾਂ ਇੱਕ ਵਾਰੀ ਫੇਰ ਤੋਂ ਮਤਲਬ ਦੁਬਾਰੇ ਵੀਡੀਓ ਬਣਾਈਏ ਵੀ ਹਾਊ ਟੂ ਇੰਸਟਾਲ ਮੈਨੂ ਮੋਡ ਐਂਡ ਮੂਡਸ ਇਨ ਜੀਟੀਏ 5 ਤਾਂ ਤੁਸੀਂ ਕਮੈਂਟ ਕਰਕੇ ਯੈਸ ਜਾਂ ਨੋ ਮਤਲਬ ਹਾਂ ਜਾਂ ਨਾ ਦੱਸ ਸਕਦੇ ਆ ਤਾਂ ਭਾਈ ਆਪਾਂ ਨਵੀਂ ਵੀਡੀਓ ਵੀ ਪਾ ਦਾਂਗੇ ਕੋਈ ਚੱਕਰ ਨਹੀਂ ਅਪਲੋਡ ਕਰ ਦਾਂਗੇ ਆਪਾਂ ਹੁਣ ਇਸ ਵੀਡੀਓ ਦੀ ਕਰਦੇ ਸ਼ੁਰੂਆਤ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਭਾਈ ਓਪਨ 4 ਹੋਊਗਾ ਹੀ ਜੇ ਤੁਸੀਂ ਮੋਡ ਇੰਸਟਾਲ ਕਰ ਰਹੇ ਕਿਉਂ ਹੋਣਗੇ ਤਾਂ ਤੁਸੀਂ ਦੇਖ ਸਕਦੇ ਆ ਤਾਂ ਤੁਹਾਨੂੰ ਤੁਹਾਡੇ ਕੋਲੇ ਇੰਟਰਫੇਸ ਸ਼ੋ ਹੋਊਗਾ ਓਪਨ ਆਈ 4 ਤੁਹਾਨੂੰ ਮੋਡ ਫੋਲਡਰ ਚ ਜਦੋਂ ਤੁਸੀਂ ਜਾਓਗੇ ਤੁਸੀਂ ਮੋਡ ਵਗੈਰਾ ਇੰਸਟਾਲ ਕੀਤੇ ਹੋਣਗੇ ਤਾਂ ਸਭ ਤੋਂ ਪਹਿਲਾਂ ਤੁਸੀਂ ਮੋਡ ਫੋਲਡਰ ਬਣਾਇਆ ਹੋਊਗਾ ਤਾਂ ਤੁਹਾਨੂੰ ਦੱਸਿਆ ਆਊਗਾ ਮੈਂ ਜਾਂ ਤੁਸੀਂ ਹੋਰ ਵੀਡੀਓ ਦੇਖੀ ਹੋਣੀਆਂ YouTube ਤੇ ਤਾਂ ਜੇ ਤੁਸੀਂ ਟਰੈਕਟਰ ਵਗੈਰਾ ਕਰ ਰੱਖਿਆ ਜਿਹੜੇ ਆਪਣੇ ਗੇਮ ਰੈਕਸ ਬਾਈ ਦੇ ਟਰੈਕਟਰ ਸੀਗੇ ਤਾਂ ਉਹਨਾਂ ਦੇ ਦੱਸ ਦਿਆਂ ਕਿ ਤੁਸੀਂ ਬੰਪਰ ਵਗੈਰਾ ਕੇ ਵਿੱਚ ਚੇਂਜ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਮੋਡ ਫੋਲਡਰ ਹੈ ਨਾ ਦੈਨ ਜਾਣਾ ਅਪਡੇਟ ਦੈਨ ਤੁਸੀਂ ਜਾਣਾ X-ਚੌਂਚ ਦੈਨ ਤੁਸੀਂ ਜਾਣਾ DLC ਪੈਕਸ ਦੈਨ ਬਈ ਇਥੇ ਤੁਹਾਡੇ ਟਰੈਕਟਰ ਦਾ ਨਾਮ ਵਗੈਰਾ ਕੁਝ ਵੀ ਸ਼ੋ ਹੋ ਰਿਹਾ ਆਊਗਾ ਤਾਂ ਉਹਦੇ ਤੁਸੀਂ ਕਲਿੱਕ ਕਰ ਲੈਣਾ ਇਹ ਮੈਂ ਨਹੀਂ ਕਹਿੰਦਾ ਵੀ ਤੁਸੀਂ ਇੱਕ ਦੀ ਕਰ ਸਕਦੇ ਆ ਜਿਹੜਾ ਤੁਹਾਡੇ ਮਨ ਆਈ ਜਾਂ ਤੁਸੀਂ ਆਪਦਾ ਮੱਥਾ ਮਾਰ ਕੇ ਤੁਸੀਂ ਕੁਝ ਵੀ ਕਰ ਸਕਦੇ ਆ ਤੁਸੀਂ ਕਿਸੇ ਵੀ ਚੀਜ਼ ਤੇ ਇਹ ਚੀਜ਼ ਕਰ ਸਕਦੇ ਆ ਇਹ ਨਹੀਂ ਵੀ ਕਿਲਾ ਇੱਕ ਟਰੈਕਟਰ ਦੀ ਕਰ ਸਕਦੇ ਆ ਤੁਸੀਂ ਤਾਂ ਜੇ ਆਪਾਂ ਸੈਲੈਕਟ ਕਰਾਂਗੇ 743 ਦੇਖੋ ਆਪਾਂ ਉਹਦੇ ਵਿੱਚ ਕਰ ਲਿਆ ਹੁਣ DLC.rpf ਜਾਣਾ ਦੈਨ ਜਾਣਾ xdont ਦੈਨ ਜਾਣਾ levels ਦੈਨ GTA5 ਦੈਨ vehicle ਸੈਕੰਡ ਆਪਸ਼ਨ then we call rpf then ਤੁਹਾਨੂੰ ਜਾਣਾ نیچے wtdch ਠੀਕ ਹੈ ਇਸ ਤੋਂ ਜਾਣ ਤੋਂ ਪਹਿਲਾਂ ਤੁਹਾਡੇ ਕੋਲੇ ਐਡਿਟ ਆਪਸ਼ਨ ਆਨ ਕਰ ਲੈਣੀ ਹੈ ਤੁਸੀਂ ਠੀਕ ਹੈ ਬਿਨਾ ਆਨ ਕੀਤੇ ਵਿੱਚ ਨਹੀਂ ਵੜਨਾ ਇਹਦੇ ਪਹਿਲਾਂ ਇਹਨੂੰ ਆਨ ਕਰ ਲਿਓ ਤਾਂ ਆਪਾਂ ਆਨ ਕਰ ਲਿਆ ਤਾਂ ਹੁਣ ਆਪਾਂ ਇਹਦੇ ਵਿੱਚ ਜਾਨੇ ਤਾਂ ਜੇ ਤੁਸੀਂ ਐਡਿਟ অপਸ਼ਨ ਆਨ ਕਰਕੇ ਇਹਨੂੰ ਖੋਲੋਗੇ ਤਾਂ ਤੁਹਾਨੂੰ ਇੱਥੇ ਪ੍ਰੋਪਰਟੀਆਂ ਰੀਨੇਮ ਰੀਪਲੇਸ ਡਿਲੀਟ ਐਕਸਪੋਰਟ ਵਗੈਰਾ ਵਗੈਰਾ ਸਾਰਾ ਕੁਝ ਦਿਖੂਗਾ ਸੇਵ ਤੇ ਜੇ ਤੁਸੀਂ ਇਹਨੂੰ ਨਹੀਂ ਕਰੋਗੇ ਐਡਿਟ ਮੋਡ ਨੂੰ ਆਨ ਤੁਹਾਨੂੰ ਕੀ ਦਿਖੂਗਾ ਬਾਪਾ ਜੀ ਦਾ ਥੁੱਲੂ ਮਤਲਬ ਕੁਝ ਨਹੀਂ ਦਿਖੂਗਾ ਠੀਕ ਹੈ ਕੁਝ ਨਹੀਂ ਕਰ ਸਕਦੇ ਤੁਸੀਂ ਕਿਲਾ ਐਕਸਪੋਰਟ ਕਰ ਸਕਦੇ ਆ ਜਿਹਦੇ ਵਿੱਚ ਨਹੀਂ ਕੁਝ ਬਾਸ ਸਕਦੇ ਤਾਂ ਆਪਾਂ ਐਡਿਟ ਮੋਡ ਆਨ ਹੀ ਰੱਖਾਂਗੇ ਤਾਂ ਆਪਾਂ ਐਡਿਟ ਮੋਡ ਆਨ ਕਰਤਾ ਤੇ ਆਪਾਂ ਹੁਣ ਚੱਲਦੇ ਆਂ ਦੇ ਵਿੱਚ ਤੇ ਆਪਾਂ ਹੁਣ ਬਈ ਸਭ ਤੋਂ ਪਹਿਲਾਂ ਬੰਪਰ ਫਾਈਂਡ ਕਰਨਾ ਬੰਪਰ ਕਿੱਥੇ ਆ ਠੀਕ ਆ ਤੇ ਸਭ ਤੋਂ ਪਹਿਲਾਂ ਆਪੇ ਬੰਪਰ ਆਪਣਾ ਇਹਨੂੰ ਕੀ ਕਰਨਾ ਤੁਸੀਂ ਐਕਸਪੋਰਟ ਕਰ ਲੈਣਾ ਠੀਕ ਹੈ ਇੱਥੇ ਤੁਸੀਂ ਕੋਈ ਫੋਲਡਰ ਬਣਾ ਸਕਦੇ ਹੋ ਬਾਹਰ ਡੈਸਕਟਾਪ ਤੇ ਤਾਂ ਮੈਂ ਫਲੈਗ ਦਾ ਫੋਲਡਰ ਬਣਾ ਰੱਖਿਆ ਪਹਿਲਾਂ ਫਲੈਗ ਵਾਲਾ ਕੀਤਾ ਜਿਸ ਮੈਂ ਇੱਕ ਵਾਰੀ ਤਾਂ ਉਹਨੂੰ ਆਪਾਂ ਕਰ ਲੈਨੇ ਆ ਸੇਵ ਠੀਕ ਹੈ ਇੱਥੇ ਆਪਾਂ ਸੇਵ ਕਰਤਾ ਤੇ ਹੁਣ ਦੈਨ ਨਾਲ ਹੀ ਆਪਾਂ ਸਪੀਕਰ ਵਾਲਾ ਵੀ ਕਰ ਲੈਨੇ ਆ ਤਾਂ ਸਪੀਕਰ ਆ ਬਿਲਕੁਲ ਲਾਸਟ ਤੇ ਪਿਆ ਇਹਨੂੰ ਵੀ ਆਪਾਂ ਐਕਸਪੋਰਟ ਕਰਕੇ ਦੈਨ ਇਹਨੂੰ ਸੇਵ ਕਰ ਲੈਨੇ ਆ ਤਾਂ ਆਪਣੇ ਦੋਵੇਂ ਸੇਵ ਹੋ ਗਏ ਇਹਨੂੰ ਤੁਸੀਂ ਘੱਟੋ-ਘੱਟ ਕਰ ਸਕਦੇ ਹੋ ਕੋਈ ਚੱਕਰ ਲੈ ਲੀ ਇਹਨੂੰ ਮਿਨੀਮਾਈਜ਼ ਕਰ ਦਿਓ ਓਪਨ ਆਈ ਵੀ ਨਾ ਦੂਈ ਦੇ ਸਕਦੇ ਆ ਆਪਣਾ ਸਪੀਕਰ ਆ ਚੁੱਕਿਆ ਠੀਕ ਹੈ ਆ ਦੂਈ ਦੇ ਸਕਦੇ ਆ ਸਪੀਕਰ ਦੈਨਾਂ ਬੰਪਰ ਆ ਚੁੱਕਿਆ ਆਪਣਾ ਤੇ ਇਹਨੂੰ ਬਾਈ ਤੁਸੀਂ ਸਿੱਧਾ ਨਹੀਂ ਖੋਲ ਸਕਦੇ ਕਿਤੇ ਵੀ ਤਾਂ ਆਪਾਂ ਸਭ ਤੋਂ ਪਹਿਲਾਂ ਇਹਨਾਂ ਦੀ ਟਾਈਪ ਚੇਂਜ ਕਰਨੀ ਪਊ ਮਤਲਬ ਕਿ ਫਾਈਲ ਟਾਈਪ ਦੱਸ ਦੇ ਸਕਦੇ ਆ ਆਈਟਮ ਟਾਈਪ ਡੀਡੀਐਸ ਫਾਈਲ ਚਾਹੀਦੀ ਦੋਵੇਂ ਤੇ ਇਹਨੂੰ ਆਪਾਂ ਚੇਂਜ ਕਰਨਾ ਹੈ ਸ ਤੁਹਾਨੂੰ ਕੀ ਕਰਨਾ ਪਊ ਗੂਗਲ ਕ੍ਰੋਮ ਤੇ ਜਾਣਾ ਤੁਸੀ ਸਿੰਪਲੀ ਦੈਨ ਇੱਥੇ ਸਰਚ ਕਰਨਾ ਹੈ ਤੁਸੀ ਮੈਂ ਸ਼ੁਰੂ ਤੋਂ ਵਿਖਤ ਤੁਹਾਨੂੰ ਪੀ ਐਨ ਜੀ ਟੂ ਡੀਡੀਐਸ ਠੀਕ ਹੈ PNG ਤੋਂ DDS ਦੈਨ ਸਭ ਤੋਂ ਪਹਿਲੀ ਚ ਨਹੀਂ ਜਾਣਾ ਤੁਸੀਂ ਇੱਥੇ ਤੁਸੀਂ ਜਾਣਾ ਸੈਕੰਡ ਵਾਲੇ ਚ ਪਹਿਲੀ ਬੇਫਾਲਤੂ ਬਿਲਕੁਲ ਖਰਾਬ ਪੀਕਰ ਠੀਕ ਹੈ ਤਾਂ ਦੂਜੀ ਜਾਣਾ ਤੁਸੀਂ ਇੱਥੇ ਤੁਸੀਂ ਫਾਈਲ ਚੂਜ਼ ਕਰਨੀ ਆਉਦੀ ਜਿਹੜੀ ਤੁਸੀਂ ਹੁਣੇ-ਹੁਣੇ ਆਪਾਂ ਤੁਹਾਨੂੰ ਕਰਕੇ ਦਿਖਾਈ ਸੀ ਤਾਂ ਸਭ ਤੋਂ ਪਹਿਲਾਂ ਆਪਾਂ ਬੰਪਰ ਕਰ ਦਿਆਂ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਬੰਪਰ ਕਰ ਦਿਆਂ ਇੱਥੇ ਕਰ ਦਿਆਂ ਓਪਨ ਤੇ ਇੱਥੇ ਐਡ ਆਉ ਚੁੱਕਿਆ ਤੁਸੀਂ ਦੇ ਸਾਹਦੇ ਇੱਥੇ ਤੁਸੀਂ ਸਿੰਪਲੀ ਕਨਵਰਟ ਤੇ ਕਲਿੱਕ ਕਰ ਦੇਣਾ देन ਤੁਹਾਡਾ ਕਨਵਰਟ ਹੋ ਕੇ ਤੁਹਾਡੇ ਸਾਹਮਣੇ ਆ ਚੁੱਕਿਆ ਬਈ ਪੀ ਐਨ ਜੀ ਟਾਈਪ ਹੋ ਚੁੱਕੀ ਹੈ ਦੀ ਤਾਂ ਦਨ ਤੁਸੀਂ ਸਿੰਪਲੀ ਡਾਊਨਲੋਡ ਕਰ ਸਕਦੇ ਆ ਇਹ ਤੁਹਾਡਾ ਡਾਊਨਲੋਡ ਕਿਤੇ ਵੀ ਹੋ ਸਕਦਾ ਤਾਂ ਤੁਸੀਂ ਸਿੱਧਾ ਡਾਊਨਲੋਡ অপਸ਼ਨ 'ਚੀ ਡਾਊਨਲੋਡ ਕਰ ਲਿਓ ਵਧੀਆ ਰਹੂਗਾ ਤੁਹਾਨੂੰ ਫਾਈਂਡ ਕਰਨਾ ਤਾਂ ਮੇਰੇ ਡਾਊਨਲੋਡ ਹੋ ਚੁੱਕੇ ਤੇ ਹੁਣ ਆਪਾਂ ਨਾਲ ਲੱਗ ਮਹੀਂ ਦੂਜਾ ਵੀ ਕਰ ਲੈਨੇ ਆਪਾਂ ਸਪੀਕਰ ਵਾਲਾ ਤਾਂ ਹੁਣ ਫੇਰ ਆਪਾਂ ਇਥੇ ਫਾਈਲ ਯੂਜ਼ ਕਰਦੇ ਆ ਸਪੀਕਰ ਵਾਲੀ ਦਨ ਕਨਵਰਟ ਦਨ ਸਿੰਪਲੀ ਤੁਹਾਡਾ ਕਨਵਰਟ ਹੋ ਚੁੱਕਿਆ ਦਨ ਡਾਊਨਲੋਡ ਡਾਊਨਲੋਡ ਕਰਕੇ ਤੁਸੀਂ ਸੇਵ ਕਰ ਲੈਣਾ ਤੇ ਤਸਵੀਰ ਹੋ ਚੁੱਕੀ ਆਪਣੀ ਦੋਵੇਂ ਤਾਂ ਨੂੰ ਮਿਨੀਮਾਈਜ਼ ਕਰ ਦਿਓ ਤਾਂ ਮਿਨੀਮਾਈਜ਼ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਡੇ ਕੋਲ ਇਹ ਦੋਵੇਂ ਫਾਈਲਾਂ ਮਤਲਬ ਕਿ ਪੀएनजी ਟੈਬ ਚ ਤੁਹਾਡੇ ਕੋਲ ਆ ਚੁੱਕੀਆਂ ਡਾਊਨਲੋਡ ਜਾਵਾਂਗੇ ਤੁਸੀਂ ਤਾਂ ਬੰਪਰ ਐਂਡ ਸਪੀਕਰ ਤੇ ਆ ਚੁੱਕਿਆ ਤਾਂ ਦੀ ਦੇ ਸਕਦੇ ਆ ਦੋਵੇਂ ਉੱਪਰ ਲਈ ਤੁਹਾਨੂੰ ਇਹਨਾਂ ਨੂੰ ਸਿੰਪਲੀ ਤੁਸੀਂ ਕੀ ਕਰਨਾ ਮਿੱਤਰੋ ਤਾਂ ਸਿੰਪਲੀ ਤੁਸੀਂ ਪੇਂਟ ਚ ਇਹਨੂੰ ਖੋਲ ਸਕਦੇ ਆ ਤੇ ਤੁਹਾਡੇ ਕੋਲ ਫੋਟੋਸ਼ਾਪ ਹੈਗਾ ਤੁਹਾਡੇ ਫੋਟੋਸ਼ਾਪ ਜਿਹੜੇ ਤੇ ਤੁਹਾਨੂੰ ਵਧੀਆ ਲੱਗਦੀ ਐਡੀਟਿੰਗ ਕਰਨੀ ਤੁਸੀਂ ਉਹ ਚ ਖੋਲ ਸਕਦੇ ਆ ਤਾਂ ਮੈਂ ਤਾਂ ਸਿੰਪਲੀ ਪੇਂਟ ਚ ਖੋਲ ਲੂਗਾ ਪੇਂਟ 3D ਤਾਂ ਪੇਨ ਖੁੱਲਨ ਤੋਂ ਬਾਅਦ ਤੁਸੀਂ ਬਈ ਕੀ ਕਰਨਾ ਹੈ ਮੀਨੂ ਜਾਣਾ ਦਨ ਕਰਨਾ ਬਰਾਉਸ ਫਾਈਲ ਦਨ ਤੁਸੀਂ ਕੀ ਕਰਨਾ ਬੰਪਰ ਤੇ ਕਲਿੱਕ ਕਰ ਦੇਣਾ ਦਨ ਓਪਨ ਤਾਂ ਇਹ ਤੁਹਾਡੇ ਸਾਹਮਣੇ ਤੁਹਾਡੇ ਬੰਪਰ ਆ ਚੁੱਕਿਆ ਤਾਂ ਇੱਥੇ ਬਈ ਤੁਸੀਂ ਕੀ ਕਰਨਾ ਸਟicker ਵੀ ਲਾ ਸਕਦੇ ਆ ਜਾਂ ਕੁਝ ਤੁਸੀਂ ਲਿਖਿਆ ਵਯਾ ਜਾਂ ਤੁਸੀਂ ਕੁਝ ਆਪ ਲਿਖਣਾ ਚਾਹੁੰਦੇ ਆ ਤਾਂ ਥੋੜੀ ਬਈ ਪ੍ਰੈਫਰੈਂਸ ਤੁਸੀਂ ਇੱਥੇ ਕੁਝ ਵੀ ਕਰ ਸਕਦੇ ਆ ਦੇਖੋ ਆਪਾਂ ਇੱਥੇ ਕੁਝ ਵੀ ਲਿਖ ਸਕਦੇ ਆ ਕੁਝ ਵੀ ਕਰ ਸਕਦੇ ਆ ਤਾਂ ਇਹ ਇੱਥੇ ਤੁਸੀਂ ਸੈੱਟ ਕਰ ਸਕਦੇ ਆ ਤਾਂ ਇੱਥੇ ਜਿਹੜਾ ਮੈਂ ਲਿਖਣਾ ਚਾਹੁੰਨਾ ਤਾਂ ਤੁਹਾਨੂੰ ਮੈਂ ਸੈੱਟ ਕਰਕੇ ਦਿਖਾਉਣਾ ਕਹਾਂਜੀ ਲੋ ਜੀ ਤੁਸੀਂ ਦੇ ਸਕਦੇ ਆਪਾਂ ਬ੍ਰੇਕਾਂ ਫੇਲ ਵਾਲੇ ਲਿਖਤਾ ਪੰਪਰ ਦੇ ਉੱਤੇ ਤਾਂ ਤੁਸੀਂ ਇੱਥੇ ਬਈ ਕੁਝ ਵੀ ਲਿਖ ਸਕਦੇ ਤੁਸੀਂ ਕੋਈ ਸਟicker ਲਾ ਸਕਦੇ ਆ ਪੀ ਐਨ ਜੀ ਵਾਲਾ ਲੱਗੂਆ ਸਟicker ਵੀ ਤੁਸੀਂ ਇਹ ਲਾਉਣਾ ਚਾਹੁੰਦੇ ਆ ਤਾਂ ਪੀ ਐਨ ਜੀ ਵੀ ਇਥੇ ਸਿਲੈਕਟ ਹੋ ਜੂਗੀ ਸਟicker 'ਚ ਜਾ ਕੇ ਤੇ ਇੱਥੇ ਤੁਸੀਂ ਐਡ ਕਰੋਗੇ ਤਾਂ ਪੀ ਐਨ ਜੀ ਵੀ ਇਥੇ ਬਨ ਜਾਂਦੀ ਹੁੰਦੀ ਪੇਂਟ 'ਚ ਤਾਂ ਬਈ ਇਹ ਆਪਣਾ ਬਨ ਚੁੱਕਿਆ ਤੇ ਇਹਨਾਂ ਪਾਏ ਆਨ ਕਰਦੇ ਆ ਸੇਵ ਤਾਂ ਸੇਵ ਹੋ ਕੇ ਕਿੱਥੇ ਆਊਗਾ ਬਈ ਡਾਊਨਲੋਡ 'ਚ ਹੀ ਜਾਊਗਾ ਤੇ ਬੰਪਰ ਦੇ ਵਿੱਚ ਇਹ ਸੇਵ ਹੋ ਕੇ ਆ ਚੁੱਕਿਆ ਤਾਂ ਤੁਸੀਂ ਦੇਖ ਸਕਦੇ ਆ ਤੇ ਆਪਣਾ ਸੇਵ ਹੋ ਚੁੱਕਿਆ ਤਾਂ ਹੁਣ ਇਹਨੂੰ ਤੁਸੀਂ ਆਪਾਂ ਵਿੱਚ सा हैं न जावांगी े पहला को हैैसी स किता से िर प्लेस क्लिक करो दूसी न डाउनलोड जाना तन बंपर लेट करना न ओपन कर देना त दे साद हैं ब्रेक फेल वाले आचुक क्या तन सिंप्ली से सेव कर देना ਤਲੋ ਜੀ ਤੁਹਾਡਾ ਇਸ ਦੇ ਹੋ ਚੁੱਕਿਆ ਬੰਪਰ ਤਾਂ ਤੁਸੀਂ ਹੁਣ ਕਿਵੇਂ ਦੇਖ ਸਕਦੇ ਹੋ ਬਿਨਾ ਗੇਮ ਚਲਾਏ ਤਾਂ ਤੁਸੀਂ ਜਿੱਥੋਂ ਸਿਲੈਕਟ ਕੀਤਾ ਸੀ ਵੀ ਤੁਸੀਂ ਐਡਿਟ ਕਰਨ ਵਾਸਤੇ ਉਦੋਂ ਉੱਪਰ ਜਿਹੜੇ ਦੋ ਆਪਸ਼ਨ ਆ ਰਹੇ ਆ ਇਹਨਾਂ ਚ ਕੋਈ ਵੀ ਤੁਸੀਂ ਸਿਲੈਕਟ ਕਰ ਸਕਦੇ ਆ ਤਾਂ ਤੁਸੀਂ ਦੇਖ ਸਕਦੇ ਆ ਬਾਈ ਆਪਣਾ ਟਰੈਕਟਰ ਆਪਣੇ ਸਾਹਮਣੇ ਆ ਚੁੱਕਿਆ ਤਾਂ ਤੁਸੀਂ ਬੰਪਰ ਦੀ ਵੀ ਦੇਖ ਸਕਦੇ ਆ ਬਾਈ ਬ੍ਰੇਕਾਂ ਫੇਲ ਵਾਲੇ ਲਿਖ ਦਿੱਤਾ ਆਪਾਂ ਤਾਂ ਤੁਸੀਂ ਦੇਖ ਸਕਦੇ ਬਿਲਕੁਲ ਕੈਂਟ ਲਿਖਿਆ ਆ ਰਿਹਾ ਤੁਸੀਂ ਇੱਥੇ ਕੁਝ ਵੀ ਲਿਖ ਸਕਦੇ ਹੋ ਮਤਲਬ ਕੁਝ ਵੀ ਮਤਲਬ ਕੁਝ ਵੀ ਤਾਂ ਤੁਸੀਂ ਕੋਈ ਫੋਟੋ ਲਾ ਸਕਦੇ ਆ ਤੁਹਾਡੀ ਮਤਲਬ ਕਿ ਆਪਦੀ ਪ੍ਰੀਫਰੈਂਸ ਆ ਤੁਸੀਂ ਕੀ ਕਰਨਾ ਚਾਹੁੰਦੇ ਆ ਤੇ ਤਾਂ ਐਦਾਂ ਹੀ ਬਈ ਪਿੱਛੇ ਸਪੀਕਰ ਤੇ ਵੀ ਲਿਖਿਆ ਜਾਊਗਾ ਤਾਂ ਇਹ ਆਪਾਂ ਟਰਾਈ ਕਰਦੇ ਆ ਹੁਣ ਵੀ ਕਿਵੇਂ ਲਿਖਿਆ ਜਾਊਗਾ ਜਾਂ ਕੋਈ ਲੋਕੇਸ਼ਨ ਪਾ ਲੈਣੀ ਪਊਗੀ ਦੀ ਤੇ ਹੁਣ ਆਪਾਂ ਬਈ ਪਿੱਛੇ ਬੈਕ ਤੇ ਲਿਖਣਾ ਸਪੀਕਰਾਂ ਤੇ ਤਾਂ ਹੁਣ ਤੁਹਾਨੂੰ ਇਹ ਵੀ ਦਿਖਾਉਣਾ ਹੈ ਵੀ ਕਿਵੇਂ ਕਰਨਾ ਇਹ ਤੁਸੀਂ ਉਹ ਕਰਤਾ ਲਿਆਈ ਸੀਗਾ ਹਣ ਪੀ ਐਨ ਜੀ ਚ ਤੁਹਾਨੂੰ ਤੈਨੂੰ ਆਪਾਂ ਕੱਟ ਕਰਦੇ ਆ ਇਹ ਤਾਂ ਤੈਨੂੰ ਮਿਨੀਮਾਈਜ਼ ਕਰਦੇ ਆ ਤਾਂ ਇਹਨੂੰ ਮਿਨੀਮਾਈਜ਼ ਕਰਦੇ ਆ ਤੁਹਾਨੂੰ ਜਾਨਣੇ ਆਪਾਂ ਦਨ ਪੇਂਟ ਦਨ ਓਪਨ ਮੈਨੂੰ ਜਗੇ ਓਪਨ ਕਰਦੇ ਆਪਾਂ ਹੁਣ ਸਪੀਕਰ ਤਾਂ ਇਹ ਆਪਣੇ ਆ ਚੁੱਕੇ ਸਪੀਕਰ ਤਾਂ ਹੁਣ ਇੱਥੇ ਵੀ ਤੁਸੀਂ ਕੁਝ ਲਿਖ ਸਕਦੇ ਆ ਤਾਂ ਤੁਹਾਨੂੰ ਦਿਖਾਉਣੀ ਆ ਜਾਂ ਫੋਟੋ ਲਾ ਸਕਦੇ ਤੁਸੀਂ ਪੀएनजी ਵਗੈਰਾ ਹਾਂਜੀ ਮੈਂ ਤਾਂ ਤਾਂ ਫਾਈਨਲੀ ਆਪਾਂ ਇਹ ਕਰ ਚੁੱਕੇ ਆ ਤਾਂ ਇਹ ਤੁਹਾਨੂੰ ਮੈਂ ਦੱਸ ਦਵਾਂ ਵੀ ਇਹ ਤੁਸੀਂ ਕਿਵੇਂ ਕਰਨਾ ਹੋਊਗਾ ਸਪੀਕਰ ਪਿੱਛੇ ਇਸ ਸਪੈਸ਼ਲੀ ਇਹ ਟਰੈਕਟਰ ਦੇ ਹੋ ਟਰੈਕਟਰ ਨਹੀਂ ਇਹਦੇ ਹੋਊਗਾ ਕੱਲੇ ਦੇ ਇਹ ਟਰੈਕਟਰ ਦੇ 743 ਜਿਹੜਾ ਐਕਸ 18 ਵਾਲਾ ਤੇ ਤੁਸੀਂ ਕੀ ਕਰਨਾ ਹੋ ਬਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਵੀਡੀਓ ਪਾਉਜ਼ ਕਰ ਲਿਓ ਇੱਕ ਵਾਰੀ ਦੇਖ ਲਿਓ ਵੀ ਕਿੱਥੇ ਕਿ ਲొਕੇਸ਼ਨ ਹੈ ਇਹਦੀ ਤਾਂ ਤੁਹਾਨੂੰ ਇੱਕ ਵਾਰੀ ਇੱਕ ਦੋ ਵਾਰੀ ਟਰਾਈ ਕਰਨਾ ਪਊਗਾ ਫੇਰ ਹੀ ਸੈੱਟ ਬੈਠੂਗਾ ਤੁਹਾਡੇ ਰੈਕਟਰ ਤੇ ਇਹਨੂੰ ਇੱਕ ਤੁਹਾਨੂੰ ਬਈ ਰੋਟੇਟ ਕਰਨਾ ਪਊਗਾ ਰੋਟੇਟ ਕਰਕੇ ਇਹਦੇ ਮਤਲਬ ਕਿ ਮੂੰਹ ਥੱਲੇ ਉੱਪਰਲੀ ਲੈਣ ਥੱਲੇ ਹੋਰ ਨਹੀਂ ਪੂ ਥੱਲੇ ਨਹੀਂ ਲੈਣ ਨੂੰ ਉੱਪਰ ਕਰਨੀ ਪਊ ਰੋਟੇਟ ਕਰਨਾ ਪਊਗਾ ਇਹਨੂੰ ਤਾਂ ਫੇਰ ਸੈੱਟ ਹੋਊਗਾ ਇਹ ਤਾਂ ਹੁਣ ਮੈਂ ਤੁਹਾਨੂੰ ਦਿਖਾਉਣਾ ਵੀ ਉਹਦੇ ਚ ਓਪਨ ਆਈ ਵਿੱਚ ਖੋਲ ਕੇ ਇਹਨੂੰ ਤਾਂ ਹੁਣ ਮੈਂ ਤੁਹਾਨੂੰ ਓਪਨ ਆਈ ਵਿੱਚ ਖੋਲ ਕੇ ਦਿਖਾਉਣਾ ਵੀ ਇਹ ਕਿਵੇਂ ਤੁਹਾਨੂੰ ਸ਼ੋ ਹੋਊ ਤਾਂ ਲੋ ਜੀ ਆਪਾਂ ਖੋਲ ਕੇ ਦਿਖਾਉਨੇ ਤੁਹਾਨੂੰ ਤਾਂ ਲੋ ਮਿੱਤਰ ਤੁਸੀਂ ਦੇ ਸਕਦੇ ਆ ਆਪਣਾ ਮੂਵੀ ਦਾ ਲਿਖਿਆ ਸੈੱਟ ਆ ਗਿਆ ਸੀ ਪਹਿਲੇ ਗੇਟ ਜੀ ਠੀਕ ਹੈ ਜੀ ਜਿਹੜਾ ਲਾਸਟ ਵਾਲਾ ਇਹ ਜਦ ਤੁਹਾਨੂੰ ਐਦਾਂ ਦਾ ਜੋ ਸ਼ੋ ਹੋਊਗਾ ਤੁਸੀਂ ਦੇ ਸਕਦੇ ਆ ਤਾਂ ਇਹ ਥੋੜਾ ਹੈ ਤੁਹਾਨੂੰ ਮਿਹਨਤ ਕਰਨੀ ਪਵੇ ਇਸ ਚੀਜ਼ ਤੇ ਤਾਂ ਤੁਸੀਂ ਇਹ ਸੈੱਟ ਕਰ ਪਾਉਂਗੇ ਤਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਤੁਸੀਂ ਗੇਮ 'ਚ ਇਹਨੂੰ ਕਿਵੇਂ ਇੰਪੋਰਟ ਕਰ ਸਕਦੇ ਟਰੈਕਟਰ ਨੂੰ ਤੇ ਕਿਵੇਂ ਤੁਸੀਂ ਇਹਦੇ ਨਾਲ ਖੇਡ ਸਕਦੇ ਹੋ ਕਿਵੇਂ ਦੀ ਮੋਡੀਫਿਕੇਸ਼ਨ ਕਰ ਸਕਦੇ ਆ ਤੇ ਤੁਹਾਨੂੰ ਦਿਖਾਉਨੇ ਆ ਗੇਮ 'ਚ ਚੱਲ ਕੇ ਅੱਗੇ ਤੁਸੀਂ ਦੇਖ ਸਕਦੇ ਆਪਾਂ ਗੇਮ ਦੇ ਵਿੱਚ ਪਹੁੰਚ ਚੁੱਕੇ ਆ ਤੇ ਹੁਣ ਤੁਹਾਨੂੰ ਦਿਖਾਉਣੀ ਹੈ ਕਿ ਆਪਾਂ ਟਰੈਕਟਰ ਕਿਵੇਂ ਸਪਾਉਣ ਕਰਨਾ ਹੁੰਦਾ ਤੇ ਉਹਦੇ ਕਿਵੇਂ ਉਹਦੇ ਤੇ ਆਪਾਂ ਸਪੀਕਰ ਵਗੈਰਾ ਲਾਉਣੇ ਹੁੰਦੇ ਆ ਤਾਂ ਚਲੋ ਜੀ ਸਭ ਤੋਂ ਪਹਿਲਾਂ F8 press ਕਰੋ ਮੈਨੀ ਮੋਡ ਐਕਟਿਵ ਦੈਨ ਓਪਨ ਦੈਨ ਤੁਸੀਂ ਜਾਣਾ ਵੀਕਲ ਆਪਸ਼ਨ ਦੈਨ ਤੁਸੀਂ ਜਾਣਾਗਾ ਵੀਕਲ ਸਪੋਨਰ ਦੈਨ ਤੁਸੀਂ ਜਾਣਾ ਬਈ ਨੀਚੇ ਸਰਵਿਸ ਚ ਸਰਵਿਸ ਜਾ ਕੇ ਦੈਨ ਤੁਸੀਂ ਜਾਣਾ ਚੌਥੇ ਆਪਸ਼ਨ ਚ ਜੇ ਤੁਹਾਨੂੰ ਸਾਰੇ ਮਦਲ ਟਰੈਕਟਰ ਤੁਸੀਂ ਐਡ ਕੀਤੇ ਤਾਂ ਤੁਸੀਂ ਇਹਦੇ ਨਾਮ ਫਾਈਂਡ ਵੀ ਕਰ ਸਕਦੇ ਆ ਤਾਂ ਲਓ ਜੀ ਆਪਣਾ ਟਰੈਕਟਰ ਆਪਣੇ ਸਾਹਮਣੇ ਆ ਚੁੱਕਿਆ ਤਾਂ ਜੇ ਤੁਹਾਡਾ ਕਲਰ ਚੇਂਜ ਕਰਨਾ ਹੈ ਪਹਿਲਾਂ ਪਹਿਲਾਂ ਆਪਾਂ ਕਲਰ ਚੇਂਜ ਕਰਦੇ ਹਾਂ ਤੁਹਾਨੂੰ ਇਹ ਤੁਹਾਨੂੰ ਕਿਵੇਂ ਕਰਨਾ ਹੁੰਦਾ ਸੈਟ ਦਾ ਕੰਮ ਤੇ ਲਓ ਜੀ ਆਪਣਾ ਟਰੈਕਟਰ ਇੱਥੇ ਖੜਾ ਹੈ ਤੇ ਆਪਾਂ ਹੁਣ ਇਹਦਾ ਕਲਰ ਚੇਂਜ ਕਰਦੇ ਕਲਰ ਚੇਂਜ ਕਰਨਾ ਹੈ ਤੁਹਾਨੂੰ ਕੀ ਕਰਨਾ ਪਊ ਸਭ ਤੋਂ ਪਹਿਲਾਂ ਤੁਹਾਨੂੰ ਜਾਓ ਆਪਾਂ ਸ਼ੁਰੂ ਤੋਂ ਵੈਕ ਤੇ ਹੁੰਨੇ ਆ F8 ਦੈਨ ਵੀ ਕਲਪਸ਼ਨ ਦੈਨ ਮੈਨੂ ਕਸਟਮ ਦੈਨ ਜਾਣਾ ਤੁਸੀਂ ਪੇਂਟ ਦੈਨ ਸੈਕੰਡਰੀ ਪੇਂਟ ਕਲਰ ਦੈਨ ਜਾਣਾ ਤੁਸੀਂ ਮੈਟੈਲਿਕ ਤੇ ਤੁਸੀਂ ਕੋਈ ਵੀ ਸੈਲੈਕਟ ਕਰ ਸਕਦੇ ਆ ਤਾਂ ਆਪਾਂ ਵਾਈਟ ਕੀਤਾ ਆਪਣਾ ਵਾਈਟ ਹੋ ਚੁੱਕਾ ਹੈ ਟਰੈਕਟਰ ਤੇ ਦੈਨ ਤੁਸੀਂ ਕੀ ਕਰਨਾ ਸੈਕੰਡ ਆਪਸ਼ਨ ਤੁਹਾਡੇ

ਮੇਤੂ ਬ੍ਰੇਕ ਦਾ ਫੇਲ ਵਾਲੇ ਲਿਖ ਆ ਚੁੱਕਿਆ ਠੀਕ ਹੈ ਜੀ ਘੈਂਟ ਲੱਗ ਰਿਹਾ ਤੈਨ zeta ਸਿਸਟਮ ਪੂਰਾ ਘੈਂਟ ਤੇ ਏਸੀ ਬਈ ਅੱਜ ਦੀ ਆਪਣੀ ਵੀਡੀਓ ਤੇ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਕਮੈਂਟ ਕਰਕੇ ਤੇ ਹੋਰ ਜਿਹੜੀ ਅਗਲੀ ਵੀਡੀਓ ਹੋਊਗੀ ਉਹ ਵੀ ਦੱਸਿਓ ਤੁਸੀਂ ਕਿਹੜੇ ਪਰ ਰਿਲੇਟਿਡ ਬਣਾਈਏ ਤੇ ਆਪਾਂ ਹਰ ਇੱਕ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਲਾਈਕ ਚੈਨਲ ਸਬਸਕ੍ਰਾਈਬ ਕਰ ਦੇਰੋ ਮਿਲਦਿਆਂ ਕਿਸੇ ਹੋਰ ਵੀਡੀਓ ਚ ਟਿਲ ਦੈਨ ਬਾਏ ਬਾਏ